ਪਿਛਲੇ ਕੁਛ 7-8 ਦਿਨ ਤੋਂ ਹੈ ਜਨਾਬ, ਜਹਾਜ਼ ਜਿਹੜੇ ਨੇ ਉਹ ਕੰਟੇਨਰਾਂ ਦੇ ਉੱਤੇ ਲੱਦ ਕੇ ਦੂਏ ਸ਼ਹਿਰ ਲੈ ਕੇ ਜਾ ਰਹੇ ਸਾਊਦੀ ਵਾਲੇ, ਤੇ ਉਹਨਾਂ ਦੀ ਬੱਲੇ ਬੱਲੇ ਹੀ ਨਹੀਂ ਰੁਕ ਰਹੀ ਯਾਰ, ਬੰਦਾ ਉਹਨਾਂ ਦੀ ਤਾਰੀਫ ਕਰ ਰਿਹਾ। ਜਹਾਜ਼ ਵੀ ਜਨਾਬ ਉੜ ਕੇ ਜਾ ਸਕਦੇ ਹਨ, ਲੇਕਿਨ ਉਹਨਾਂ ਜਨਾਬ ਇਹਨਾਂ ਨੂੰ ਕੰਟੇਨਰਾਂ ਤੇ ਲੱਦ ਕੇ ਟੋਰ ਕੇ ਬਾਹਰ ਰੋਡ ਲੈ ਕੇ ਜਾਣਾ ਸਵਾਬ ਸਮਝਿਆ, ਤੇ ਫਿਰ ਇੰਜ ਵੀ ਖਾ ਰਹੇ ਜਿਵੇਂ ਕੋਈ ਪਤਾ ਨਹੀਂ ਬੱਸਾਂ ਉੱਡਦੀਆਂ ਵੀ ਖਾ ਰਹੇ। ਉਹ ਜਹਾਜ਼ ਉੱਡਦੇ ਸਨ ਉਹਨਾਂ ਨੂੰ ਉਡਾ ਕੇ ਲੈ ਜਾਂਦੇ, ਮਰੋ ਸਾਨੂੰ ਕਿਉਂ ਤੁਸੀਂ ਇੰਨੀ ਟੈਨਸ਼ਨ ਚ ਪਾਇਆ। ਔਰ ਚਲਾਉਣ ਵਾਲਾ ਵੀ ਸਾਡਾ ਪਾਕਿਸਤਾਨੀ ਡਰਾਈਵਰ ਸੀ, ਉਹਨਾਂ ਦਾ ਕੰਮ ਹੀ ਨਹੀਂ, ਉਹਨਾਂ ਤੋਂ ਆਉਣਾ ਹੀ ਨਹੀਂ ਸੀ, ਤੇ ਸਾਡਾ ਪਾਕਿਸਤਾਨੀ ਹੈ ਜਿਹੜਾ ਕਰਕੇ ਵਿਖਾ ਸਕਦਾ। ਉਹ ਤੇ ਹੋ ਗਿਆ ਜਨਾਬ, ਜਹਾਜ਼ ਜਾ ਰਹੇ, ਸੜਕੋ ਸੜਕੀ ਬੜਾ ਕੰਮ ਹੋ ਰਿਹਾ, ਮੰਨ ਲਿਆ ਜੀ ਬੜਾ ਕੰਮ ਹੋ ਰਿਹਾ, ਇਹਦਾ ਕੀ ਕਰਨਾ ਨੀ, ਇਹ ਕੀ, ਇਹ ਤਖਲੀਕ ਸਾਡੀ ਨੀ, ਇਹ ਤਖਲੀਕ ਸਾਡੀ ਹੈ, ਇਹ ਕ੍ਰੀਏਸ਼ਨ ਸਾਡੀ ਨੀ, ਇਹਨੇ ਇਹਨੂੰ ਕਿਹੜਾ ਤੁਸੀਂ ਵਰਲਡ ਰਿਕਾਰਡ ਦੇ ਦਿੱਤਾ ਸੀ, ਗਿਨਸ ਬੁੱਕ ਵਿੱਚ ਇਹਦਾ ਨਾਂ ਆ ਗਿਆ ਸੀ ਡਰਾਈਵਰ ਦਾ, ਉਹ ਪਾਕਿਸਤਾਨੀ ਮੁਹੰਮਦ ਰਮਜ਼ਾਨ ਜਹਾਜ਼ ਲੈ ਕੇ ਜਾਵਣ ਵਾਲਾ, ਇਹ ਵੈਸਟ ਇੰਡੀਜ਼ ਚੋਂ ਆਇਆ, ਇਹ ਕਿੱਥੋਂ ਆਇਆ, ਇਹਨੂੰ 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 ਤੁਸੀਂ ਕਿਉਂ ਨੀ ਐਡਾ ਕਾਰ ਸਵਾਬ ਦੇ ਦਰਿਆਮ ਦੇ ਵਿੱਚ ਸ਼ਾਮਿਲ ਕੀਤਾ, ਇਹਨੂੰ ਕਿਹੜਾ ਪ੍ਰੋਟੋਕੋਲ ਮਿਲਿਆ, ਇਹਨੂੰ ਕਿਹੜਾ ਸਦਾਰਤੀ ਅਵਾਰਡ ਮਿਲਿਆ, ਹਾਲਾਂਕਿ ਤੁਸੀਂ ਕਾਪੀ ਇਹਦੀ ਕੀਤੀ ਹੈ, ਅਸਲ ਕਾਪੀ ਇਹਦੀ ਕੀਤੀ ਹੈ, ਮੰਨ ਜਾਓ ਸਾਊਦੀਆਂ ਵਾਲਿਓ, ਤੁਸੀਂ ਕਾਪੀ ਸਾਡੇ ਟਰਾਲੀ ਟਰੈਕਟਰ ਵਾਲੇ ਦੀ ਕੀਤੀ ਹੈ, ਡਰਾਈਵਰ ਵੀ ਤੁਸੀਂ ਸਾਡੇ ਕੋਲ ਮੰਗਿਆ ਤੇ ਢੋਰ ਬਣਾ ਕੇ ਪੂਰੀ ਦੁਨੀਆ ਨੂੰ ਵਿਖਾ ਰਹੇ ਹੋ ਕਿ ਤੁਸੀਂ ਜਨਾਬ ਸੜਕੋ ਸੜਕੀ ਜਹਾਜ਼ ਲੈ ਕੇ ਜਾ ਰਹੇ ਹੋ, ਕੋਈ ਕੰਮ ਕਰਨ ਵਾਲੇ ਕਰੋ, ਅਸੀਂ ਵੀ ਵਿੱਚ ਮੁਰਜੀ ਵਾਲਾ ਜਹਾਜ਼ ਰੋਡ ਤੇ ਪਾ ਦਈਏ, ਫਿਰ ਤੁਸੀਂ ਸਾਨੂੰ ਜਾਣਦੇ ਨਹੀਂ, ਅਸੀਂ ਇਹ ਵੀ ਕਰਕੇ ਵਿਖਾ ਦੇਣਾ ਤੁਹਾਨੂੰ, ਸਾਡੇ ਕੋਲ ਜੰਗ ਚ ਵੀ ਇੱਕ ਪਾਰ ਕੇ ਖੜਾ ਜਹਾਜ਼, ਉਹ ਵੀ ਅਸੀਂ ਉਡਾਵਣ ਦੀ ਬਜਾਏ ਸੜਕੋ ਸੜਕੀ ਲਾ ਦੇਣਾ। ਫਿਰ ਉਹ ਇੱਕ ਤੇ ਉਹੀ ਗੱਲ ਹੋ ਗਈ ਨਾ, ਉਹ ਇੱਕ ਬੰਦਾ ਜਹਾਜ਼ ਚ ਪਹਿਲੀ ਦਫ਼ਾ ਬੈਠਾ, ਤੇ ਉਹ ਜਨਾਬ ਜਹਾਜ਼ ਜਦੋਂ ਚੱਲਣ ਲੱਗਾ ਤੇ ਉਹ ਉੱਠ ਕੇ ਪਾਇਲਟ ਕੋਲ ਆਇਆ, ਉਹ ਸੜਕ ਤੇ ਜਾ ਰਿਹਾ ਸੀ ਜਹਾਜ਼ ਅਜੇ ਹੁਣ ਉੱਡਣਾ ਹੀ, ਤੇ ਉਹ ਪਾਇਲਟ ਨੂੰ ਆ ਕੇ ਕਹਿੰਦਾ ਕਿ ਅੱਗੇ ਅਸੀਂ ਲੇਟ ਹੋ ਰਹੇ, ਉੱਥੋਂ ਤੂੰ ਸੜਕੋ ਸੜਕੀ ਲਾ ਲੈ।